ਤੂੰ ਕਨਿਸ਼ਟ ਸੇਵਾ ਕਰਦਾ, ਕਨਿਸ਼ਟ ਨਾ ਕਰ, ਪ੍ਰੇਮ ਨਾਲ ਕਰ ਸੇਵਾ। ਕਨਿਸ਼ਟ ਸੇਵਾ ਆਪਣੇ ਤੋਂ ਵੀ ਨੀਵੀਂ ਹੈ, ਇਹ ਨਹੀਂ ਕਰਨੀ ਕਦੀ ਵੀ। ਤੇਰੇ ਬੜੇ ਵੱਡੇ ਵੱਡੇ ਕਮਰੇ ਨੇ ਤੇ ਗੁਰੂ ਸਾਹਿਬ ਲਈ ਪ੍ਰਸ਼ਦੀਆਂ, ਕਨਿਸ਼ਟ ਸੇਵਾ ਹੈ। ਇਦਾਂ ਨਹੀਂ, ਤੇ ਗੁਰੂ ਪਿਤਾ ਦੇ ਕਮਰੇ ਚ ਵੀ ਜਦੋਂ ਜਾਣਾ ਹੈ ਨਾ, ਤੇ ਕਮਰੇ ਦੇ ਵਿੱਚ ਵੀ ਜਾਣ ਤੋਂ ਪਹਿਲਾਂ ਮਰਿਆਦਾ ਸਿੱਖ ਕੇ ਫਿਰ ਅੰਦਰ ਵੜ। ਇਹ ਨੀ ਕਿ ਮੂੰਹ ਚੱਕੇ ਬੂਹਾ ਖੋਲਿਆ ਤੇ ਸਿੱਧੇ ਅੰਦਰ ਵੜ ਗਏ। ਇੱਕ ਆਮ ਵੱਡੇ ਅਫਸਰ ਦੇ ਵੀ ਕਮਰੇ ਚ ਜਾਣਾ ਹੋਵੇ ਨਾ, ਪਹਿਲੇ ਬੂਹਾ ਖੜਕਾ ਕੇ ਪੁੱਛੀਦਾ ਜੀ ਮੈਂ ਅੰਦਰ ਆ ਸਕਦਾ, ਇਜਾਜ਼ਤ ਲਈਦੀ ਏ। ਤੇ ਜਦੋਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਪਿਤਾ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ ਜਾਣਾ ਹੀ ਨਾ, ਜਾਣ ਤੋਂ ਪਹਿਲਾਂ ਦਰਵਾਜ਼ੇ ਤੇ ਖਲੋ ਕੇ ਆਵਾਜ਼ ਮਾਰ ਸਤਨਾਮ ਸ਼੍ਰੀ ਵਾਹਿਗੁਰੂ, ਤੇ 2 ਮਿੰਟ ਖੜ ਕੇ ਭਾਵਨਾ ਬਣਾ ਕੇ ਮਹਾਰਾਜ ਤੁਹਾਡਾ ਕੂਕਰ ਅੰਦਰ ਆਉਣ ਲੱਗਾ, ਮੈਨੂੰ ਆਗਿਆ ਦਿਓ, ਇੱਦਾਂ ਅੰਦਰ ਜਾ। ਕਨਿਸ਼ਟ ਸੇਵਾ ਨਾ ਕਰੋ, ਸੇਵਾ ਦੇ ਵਿੱਚ ਲਿਆਓ ਪ੍ਰੇਮ, ਗੁਰੂ ਗ੍ਰੰਥ ਸਾਹਿਬ ਦੇ ਨਾਲ ਕਰੋ ਕਰੋ ਅੰਦਰੋਂ ਮੁਹੱਬਤ, ਮੁਹੱਬਤ ਕਰੋ ਪ੍ਰੇਮ, ਫਿਰ ਵੇਖਿਓ ਭਾਗ ਕਿਵੇਂ ਨਹੀਂ ਲੱਗਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰ ਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪੀਟਲ ਰਾਮ ਤੀਰਥ ਰੋਡ ਅੰਮ੍ਰਿਤਸਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਏਗਾ। ਆਪ ਜੀ ਚੱਲ ਰਹੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ 9815089513 ਤੇ ਸੰਪਰਕ ਕਰ ਸਕਦੇ ਹੋ ਜੀ। ਆਪ ਜੀ ਆਪਣਾ ਮਾਇਆ ਰੂਪੀ ਸਹਿਯੋਗ ਇਸ ਅਕਾਊਂਟ 'ਚ ਵੀ ਪਾ ਸਕਦੇ ਹੋ ਜੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਸੇਵਿੰਗ ਅਕਾਊਂਟ 3399800104146825 ਪੰਜਾਬ ਨੈਸ਼ਨਲ ਬੈਂਕ IFSC ਕੋਡ PUNB 0987500। ਆਪ ਜੀ ਅਕਾਊਂਟ ਵਿੱਚ ਸੇਵਾ ਪਾਉਣ ਤੋਂ ਬਾਅਦ 9815089513 ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ, ਤਾਂ ਜੋ ਆਪ ਜੀ ਨੂੰ ਰਸੀਦ ਤੇ ਸਤਕਾਰ ਭੇਜਿਆ ਜਾ ਸਕੇ। ਹਰ ਵੇਲੇ ਹਰ ਪੱਖ ਤੋਂ ਆਪ ਜੀ ਦੀ ਅਸੀਸ ਅਤੇ ਸਹਿਯੋਗ ਦੀ ਆਸ ਵਿੱਚ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪੀਟਲ ਰਾਮ ਤੀਰਥ ਰੋਡ ਅੰਮ੍ਰਿਤਸਰ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।